ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਖਾਸ ਖਬਰ। ਕਪੂਰਥਲਾ ਦੇ ਪਿੰਡ ਹਮੀਰਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਐਸਟੀਐਫ ਦੀ ਟੀਮ ਤੇ ਹੋਏ ਹਮਲੇ ਦੇ ਮਾਮਲੇ 'ਚ ਇੱਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਸਭ ਨੂੰ ਹੈਰਾਨੀ ਹੋਵੇਗੀ ਕਿ ਪੰਜਾਬ ਪੁਲਿਸ ਨਾਲ ਏਦਾਂ ਵੀ ਹੋ ਸਕਦੀ ਹੈ। ਪਿਛਲੇ ਦਿਨੀ ਕਪੂਰਥਲਾ ਦੇ ਪਿੰਡ ਹਮੀਰਾ ਵਿਖੇ ਨਸ਼ਾ ਤਸਕਰਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ 'ਚ 5 ਪੁਲਿਸ ਕਰਮੀ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨਸ਼ਾ ਤਸਕਰਾਂ ਨੇ ਪੁਲਿਸ ਤੇ ਹਮਲਾ ਕੀਤਾ ਸੀ, ਉਹਨਾਂ ਤਸਕਰਾਂ ਦੀ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪਿੰਡ ਦਿਆਲਪੁਰ ਦੇ ਲੋਕ ਤਸਕਰਾਂ ਦਾ ਘਟਾਪਾ ਕਰ ਰਹੇ ਹਨ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਵੀਡੀਓ ਦਿਖਾ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਨਸ਼ਾ ਤਸਕਰਾਂ ਨੇ ਪੁਲਿਸ ਤੇ ਹਮਲਾ ਕੀਤਾ ਸੀ, ਉਹਨਾਂ 'ਚੋਂ ਇੱਕ ਦਾ ਪਿੰਡ ਵਾਸੀਆਂ ਨੇ ਘਟਾਪਾ ਕੀਤਾ ਸੀ, ਜਿਸ ਦਾ ਨਾਮ ਮਿੱਠੂ ਹੈ, ਜਦਕਿ ਉਸ ਦਾ ਭਰਾ ਉਸ ਸਮੇਂ ਮੌਕੇ ਤੋਂ ਫਰਾਰ ਹੋ ਗਿਆ ਸੀ। ਉਹਨਾਂ ਨੇ ਦੱਸਿਆ ਕਿ ਮਿੱਠੂ ਦੇ ਭਰਾ ਨੂੰ ਪੁਲਿਸ ਨੇ ਹੁਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਹ ਜੀ ਜੋ ਅੱਜ ਤੋਂ 2-3 ਦਿਨ ਪਹਿਲਾਂ ਜਿਹੜਾ ਆਪਾਂ ਦੇਖਦੇ ਨੇ ਮੀਡੀਆ ਦੇ ਵਿੱਚ, ਟੀਵੀ ਦੇ ਵਿੱਚ ਵੀ ਨਿਊਜ਼ ਬੜੀ ਫਲੈਸ਼ ਹੋਈ ਆ ਕਿ ਹਮੀਰੇ ਜਿਹੜੇ ਐਸਟੀਐਫ ਦੇ ਜਿਹੜੇ ਨੌਜਵਾਨ ਸਨ, ਉਹਨਾਂ ਨੂੰ ਕੁਛ ਨਸ਼ਾ ਤਸਕਰਾਂ ਵੱਲੋਂ ਹਮੀਰਾ ਪਿੰਡ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਔਰ ਮੈਂ ਇਹ ਜਿੱਥੇ ਇਹ ਆਪਣੀ ਸਰਕਾਰ ਨੂੰ ਵੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਇਹ ਜਿਹੜੇ ਨਸ਼ਾ ਤਸਕਰ ਆ ਜਿਹੜੇ ਸ਼ਰੇਆਮ ਉੱਥੇ ਜਿਹੜਾ ਨਸ਼ਾ ਵਿਕਦਿਆ ਸਾਡੇ ਨਾਲ ਦੇ ਪਿੰਡ, ਬਿਲਕੁਲ ਮੇਰਾ ਪਿੰਡ ਇਹ ਤੋਂ 1.5 ਕਿਲੋਮੀਟਰ ਦੇ ਪੈਂਦਾ ਪਿੰਡ ਦਿਆਲਪੁਰ, ਔਰ ਇਹ ਪਿੰਡ ਜ਼ਿਲ੍ਹਾ ਕਪੂਰਥਲੇ ਦੇ ਹਨ। ਮੇਰਾ ਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ, ਔਰ ਉੱਥੇ ਜਿਹੜਾ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਪਿੰਡ ਜਿਹੜੇ ਸ਼ਰੇਆਮ ਨਸ਼ਾ ਜਿਹੜਾ ਵਿਕ ਰਿਹਾ, ਔਰ ਇਹ ਉਹ ਤਸਕਰ ਹਨ ਜਿਹੜੇ ਸਾਡੇ ਪਿੰਡ ਦੇ ਵਿੱਚ ਕੁਛ ਸਮਾਂ ਪਹਿਲਾਂ ਜਿਹੜੇ ਨਸ਼ਾ ਵੇਚਣ ਆਉਂਦੇ ਸਨ, ਔਰ ਅਸੀਂ ਇਹਨਾਂ ਨੂੰ 2 ਵਾਰੀ ਫੜਿਆ। ਪਹਿਲਾਂ ਇਹਨਾਂ ਦਾ ਇਹ ਮੁੰਡਾ ਜਿਹੜਾ ਇਹ ਜਿਹੜਾ ਹਰਜਿੰਦਰ ਸਿੰਘ ਜਿਹੜਾ ਹੁਣ ਪੁਲਿਸ ਨੇ ਫੜਿਆ, ਅਤੇ ਇਹਦਾ ਭਰਾ ਮਿੱਠੂ ਜਿਹੜਾ ਇਹ ਸਾਡੇ ਪਿੰਡ ਨਸ਼ਾ ਵੇਚਣ ਆਏ, ਔਰ ਸਾਡੇ ਨੌਜਵਾਨਾਂ ਨੇ ਇਹਦਾ ਮੋਟਰਸਾਈਕਲ ਖੋਇਆ, ਇਹ ਬਚ ਕੇ ਭੱਜ ਗਏ। ਉਹ ਅੱਜ ਵੀ ਜਿਹੜਾ ਸਾਡਾ ਮੋਟਰਸਾਈਕਲ ਖੋਇਆ ਹੋਇਆ ਉਹ ਕਰਤਾਰਪੁਰ ਥਾਣੇ ਪਿਆ ਆ, ਪਰ ਸਬੱਬੀ ਜਿਹੜਾ ਸੀ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋ ਸਕੀ। ਔਰ ਉਸ ਤੋਂ 20 ਦਿਨ ਬਾਅਦ ਇਹ ਜਿਹੜਾ ਸੀ ਫਿਰ ਜਿਹੜਾ 2 ਨਾਲੇ ਦੇ ਬੰਦੇ ਹੋਰ ਸੀ ਸਾਡੇ ਪਿੰਡ ਨਸ਼ਾ ਵੇਚਣ ਜਿਹੜੇ ਸੀ ਆਏ ਸੀ, ਉਸ ਦਿਨ ਮੈਨੂੰ ਇਨਫੋਰਮੇਸ਼ਨ ਮਿਲੀ, ਅਸੀਂ ਜਿਹੜਾ ਸੀ ਆਪਣੇ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਸੀ ਉਹਨੂੰ ਨਾਲ ਲੈ ਕੇ ਉਹਨੂੰ ਘੇਰਾ ਪਾਇਆ। 2 ਨੌਜਵਾਨ ਇਹਦੇ ਜਿਹੜੇ ਨਾਲ ਦੇ ਸੀ ਅਸੀਂ ਉੱਥੇ ਮੌਕੇ 'ਤੇ ਫੜ ਲਏ। ਇਹ ਜਿਹੜਾ ਇਹਦਾ ਜਿੰਦਰ ਦਾ ਭਰਾ ਮਿੱਠੂ ਇਹ ਭੱਜ ਗਿਆ, ਔਰ ਇਹਨੂੰ ਅਸੀਂ ਫਿਰ ਅਗਲੇ ਪਾਸੇ ਪਿੰਡ ਦੇ ਜਿਹੜਾ ਘੇਰਾ ਪਾ ਕੇ ਇਸਨੂੰ ਝੋਨੇ ਦੇ ਖੇਤ ਦੇ ਵਿੱਚੋਂ ਫੜਿਆ, ਔਰ ਫੜ ਕੇ ਇਹਦੀ ਸਾਰੀ ਪੁੱਛਗਿੱਛ ਕੀਤੀ। ਜਿਹੜਾ ਸਮਾਨ ਸੀ ਇਹਦੇ ਕੋਲ ਜਿਹੜਾ ਸੀ ਇਹ ਪਿੱਛੇ ਰਾਹ ਦੇ ਵਿੱਚ ਛੱਡ ਦਿੱਤਾ, ਲੇਕਿਨ ਅਸੀਂ ਜਿਹੜਾ ਸੀ ਮੰਨ ਲਓ ਉੱਥੇ ਇਹਦੀ ਪੂਰਾ ਕਹਿ ਲਓ ਇੰਨੀ ਗਿੱਦੜ ਕੁੱਟ ਕੀਤੀ, ਸਾਨੂੰ ਹੈਰਾਨਗੀ ਆ ਵੀ ਜਿਹੜੇ ਅਸੀਂ ਕੁੱਟੇ ਆ ਉਹਨਾਂ ਤੋਂ ਪੁਲਿਸ ਨੇ ਕੁੱਟ ਖਾ ਲਈ ਆ। ਔਰ ਦੇਖੋ ਜਿਸ ਪੁਲਿਸ 'ਤੇ ਸਾਡੀ ਜਿਹੜਾ ਆਮ ਜਨਤਾ ਨੇ ਜਿਹਦੇ ਸਹਾਰੇ 'ਤੇ ਜਿਹੜਾ ਕਹਿ ਲਓ ਕਿ ਇੱਕ ਅਮਨ ਮਾਨ ਦੀ ਜਿਹੜੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਆ, ਉਸ ਪੁਲਿਸ ਨੇ ਇਹਨਾਂ ਲੋਕਾਂ ਤੋਂ ਕੁੱਟ ਖਾ ਲਈ ਜਿਹੜੇ ਨਸ਼ਾ ਤਸਕਰ ਜਿਹੜੇ ਸ਼ਰੇਆਮ ਜਿਹੜਾ ਸਾਡੇ ਜਿਹੜੇ ਪੰਜਾਬ ਦਾ ਜਿਹੜਾ ਨੌਜਵਾਨੀ ਦਾ ਕਾਂਡ ਕਰ ਰਹੇ ਉਹ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਜਿਹੜਾ ਖਰਾਬ ਕਰ ਲਿਆ। ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਪਿੰਡੋ ਪਿੰਡ ਜਿਹੜੇ ਪਿੰਡਾਂ ਦੇ ਵਿੱਚ ਤੁਹਾਨੂੰ ਜਿਹੜੇ ਚੰਗੇ ਇਨਸਾਨ ਜਿਹੜੇ ਮਿਲਦੇ ਆ ਉਹਨਾਂ ਨੂੰ ਅੱਗੇ ਲੈ ਕੇ ਆਓ, ਜੇ ਤੁਹਾਡੇ ਕੋਲ ਇਕੱਲਿਆਂ ਕੋਈ ਗੱਲ ਨਹੀਂ ਬਣਦੀ ਤਾਂ ਉਹਨਾਂ ਦੀ ਸਪੋਰਟ ਕਰੋ। ਪਿੰਡ ਵਾਸੀਆਂ ਨੇ ਵੀ ਸਰਕਾਰ ਤੇ ਪੁਲਿਸ ਦਾ ਸਾਥ ਦੇ ਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ 'ਚ ਸਾਥ ਦੇਣ ਦਾ ਵਾਅਦਾ ਕੀਤਾ ਹੈ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ।